ਅਸਲਾਮ ਵਾਲੇਕੁਮ ਜੀ ਮੈਂ ਹਾਂ ਤੁਹਾਡਾ ਆਪਣਾ ਹੋਸਟ شاہਦ ਜਬੀਰ ਬਾਬਾ ਜੀ ਔਰ ਲੇਟਸ ਅਪਡੇਟ ਲੈ ਕੇ ਪਹੁੰਚੇ ਅਸੀਂ ਗੁਰਦੁਆਰਾ ਸ੍ਰੀ ਪਹਿਲੀ ਬਾਸ਼ਾਈ ਚਵਾ ਬਾਬਾ ਗੁਰਨਾਨਕ ਸਾਹਿਬ ਜਿੱਥੇ ਕੇ ਕਾਰ ਸੇਵਾ ਸ਼ੁਰੂ ਹੋ ਚੁੱਕੀ ਇੱਕ ਮਹੀਨਾ ਪਹਿਲੇ ਜਦੋਂ ਆਪਾਂ ਰਿਪੋਰਟ ਲੈ ਕੇ ਆਏ ਸੀ ਔਰ ਤੁਹਾਨੂੰ ਦੱਸਿਆ ਸੀ ਅਸੀਂ ਕਿ ਗੁਰਦੁਆਰਾ ਸਾਹਿਬ ਦੇ ਉੱਤੇ ਅਸੀਂ ਕੀ ਕਰਨ ਲਈ ਜਾ ਰਹੇ ਹਾਂ ਕਾਰ ਸੇਵਾ ਕਿਸ ਤਰੀਕੇ ਨਾਲ ਸਟਾਰਟ ਹੋਏਗੀ ਅੱਜ ਫਿਰ ਤੋਂ ਸਾਡੇ ਨਾਲ ਸਾਡੀ ਆਰਕੀਟੈਕਟ ਟੀਮ ਹੈ ਉਹਨਾਂ ਨਾਲ ਅਸੀਂ ਡਿਸਕਸ ਕਰਾਂਗੇ ਕਿ ਅੱਗੇ ਫਰਦਰ ਅਸੀਂ ਕੀ ਕਰਨ ਲਈ ਜਾ ਰਹੇ ਹਾਂ ਇਹ ਪ੍ਰੋਗਰਾਮ ਕੁਸੀਂ ਰਣਜੀਤ ਨਿਗਾਰਾ ਮੰਟਿਕਾ ਕੈਲੀਫੋਰਨੀਆ ਯੂਐਸਏ ਤੋਂ ਦੇਖ ਰਹੇ ਹੋ ਔਰ ਪਲੀਜ਼ ਸਾਡੇ ਪੇਜ ਨੂੰ ਸਬਸਕ੍ਰਾਈਬ ਕਰੋ ਔਰ ਨਾਲ ਦੀ ਨਾਲ ਹੀ ਇਸ ਵੀਡੀਓ ਨੂੰ ਜ਼ਿਆਦਾ ਤੋਂ ਜ਼ਿਆਦਾ ਫਾਰਵਰਡ ਕਰੋ ਤਾਂ ਕਿ ਕਾਰ ਸੇਵਾ ਵਾਲਾ ਮੈਸੇਜ ਜਿਹੜਾ ਉਹ ਜ਼ਿਆਦਾ ਤੋਂ ਜ਼ਿਆਦਾ ਪੰਜਾਬੀ ਸੰਗਤ ਤੱਕ ਪਹੁੰਚ ਸਕੇ ਔਰ ਪਤਾ ਚੱਲੇ ਕਿ ਅਸੀਂ ਕੀ ਕੀਤਾ ਔਰ ਕੀ ਕਰਨ ਲਈ ਜਾ ਰਹੇ ਹਾਂ ਤਾਂ ਚੱਲਦੇ ਹਾਂ ਅਸੀਂ ਪਹਿਲੇ ਗੱਲ ਕਰਦੇ ਹਾਂ ਆਪਣੇ ਆਰਕੀਟੈਕਟ ਸਾਹਿਬ ਨਲਫ ਕੇ ਉਹ ਸਾਨੂੰ ਦੱਸਣਗੇ ਕਿ ਖੂਨ ਤੱਕ ਕੀ ਹੋਇਆ ਟੈਕਨੀਕਲ ਵਰਡਸ ਦੇ ਵਿੱਚ ਕਿਉਂਕਿ ਅਸੀਂ ਤਾਂ ਤੁਹਾਨੂੰ ਸੁਣਾਉਨੇ ਆ ਗੱਲਬਾਤ ਪੰਜਾਬੀ ਅੰਦਰ ਲੇਕਿਨ ਟੈਕਨੀਕਲ ਜਿਹੜੀ ਸਾਡੀ ਟੀਮ ਹੈ ਉਹ ਦੱਸੇਗੀ ਜੀ ਗੱਲ ਕਰਦੇ ਹਾਂ ਅਸੀਂ ਆਪਣੇ ਆਰਕੀਟੈਕਟ ਸਾਹਿਬ ਨਾਲ ਅਸਲਾਮ ਅਲੈਕਮ ਜੀ ਮੇਰਾ ਨਾਮ ਉਸਮਾਨ ਹੈ ਐਂਡ ਆਮ ਸਟੈਂਡਿੰਗ ਨੈਕਸਟ ਟੂ ਰੁਬਾਬ ਐਂਡ ਰਾਨਾ ਉਸਮਾਨ ਐਸ ਵੈਲ ਆਈ ਸਪੋਜ਼ ਦ ਫਰਸਟ ਕੁਐਸਚਨ ਵੈਨ ਯੂ ਆਰ ਅਬਾਊਟ ਟੂ ਡੂ ਅ ਪ੍ਰੋਜੈਕਟ ਆਫ ਰੈਸਟੋਰੇਸ਼ਨ ਇਜ਼ ਦੈਟ ਵਾਟ ਡੂ ਵੀ ਮੀਨ ਬਾਈ ਰੈਸਟੋਰੇਸ਼ਨ ਐਂਡ ਐਗਜ਼ੈਕਟਲੀ ਐਟ ਵਾਟ What is the manner in which you're trying to restore a building? So, as a team of restorers, we realized that in restoration, one has to somehow be able to protect the age of the building. Mm. Because it is in the age of the building, in the patina of its layers and its history, that you actually find the presence of a religious building, especially. As you can see behind us, we've basically, the first step that we took was trying to remove the biofilm that was over the facades of the gurdwara itself. it's an act of cleaning because this gurdwara has been abandoned for a while, which means that before the project could begin, one has to investigate what is the current state of the gurdwara itself. we found no structural problems and, in fact, were pleasantly surprised at the amazing level of detail that was both in the interior as well as the exterior. Mm -hmm. at the current stage, what we are trying to do is we need to be able to conserve this gurdwara so that it is active for the next 100 or so years, hopefully. So, we will both combine modern techniques and technologies such as waterproofing, as well as traditional practices of making such as lime plaster, so that there, a hybrid can be formed that can actually act as an active gurdwara and can last for a very long time as well. So, that is basic, our basic uh, strategy that we are trying to follow when it comes to this gurdwara, so that it becomes a place that is an active religious site again without uh having to devolve into museological aspects which can generally be found in certain restoration projects. Yeah. Uh, I will now defer to other members of my team so that they could further add to what our restoration plan is. Uh Gal uh, Virji. ਇਨਵੈਸਟੀਗੇਟ ਕਰ ਰਹੇ ਹਾਂ ਡਿਫਰੈਂਟ ਚੀਜ਼ਾਂ ਦੇ ਡਿਫਰੈਂਟ ਤਰੀਕੇ ਕਰ ਹੁਣ ਸਾਡੇ ਸਟੈਪ ਜਿਹੜੇ ਹੈਗੇ ਨੇ ਪਹਿਲਾ ਅਸੀਂ ਸਟੈਪ ਕੀਤਾ ਸੀ ਕਿ ਅਸੀਂ ਸਕੈਫੋਲਡਿੰਗ ਲਾਈ ਅਸੀਂ ਬਰਸ਼ ਨਾਲ ਦੁਆਰਾ ਸਾਫ਼ ਕੀਤੀਆਂ ਜਿੰਨੀ ਅਸੀਂ ਡਿਟੇਲ ਕਰ ਸਕਦੇ ਸੀ ਕੱਢੀ ਹੈ ਹੁਣ ਦੂਜਾ ਸਾਡਾ ਸਟੈਪ ਸੀ ਕਿ ਜੀ ਖੁਦਾਈ ਸ਼ੁਰੂ ਕੀਤੀ ਹੈ ਤਿੰਨ ਜਗ੍ਹਾ ਤੋਂ ਤੇ ਇੱਕ ਜਗ੍ਹਾ ਤੋਂ ਪਿਛਲੀ ਸਾਈਡ ਤੋਂ ਅਸੀਂ ਨਾਲੀ ਕੱਢੀ ਜਿਹਦੇ ਵਿੱਚ ਪਹਾੜ ਦਾ ਪਾਣੀ ਸਾਰਾ ਆਂਦਾ ਸੀ ਤੇ ਗੁਰਦੁਆਰਿਆਂ ਨੂੰ ਟੱਚ ਕੀਤੇ ਬਿਨਾਂ ਚਲਾ ਜਾਂਦਾ ਸੀ ਦੂਜਾ ਅਸੀਂ ਪਲਿੰਥ ਲੈਵਲ ਕੱਢਿਆ ਕਿ ਜਿਹੜਾ ਅਸਲ ਫਲੈਟ ਲੈਵਲ ਹੈਗਾ ਸੀ ਬਿਲਡਿੰਗ ਦਾ ਉਹ ਤਕਰੀਬਨ 6 ਇੰਚ 9 ਇੰਚ ਥੱਲੇ ਹੈਗਾ ਤੀਜਾ ਅਸੀਂ ਗੁਰਦੁਆਰੇ ਦੇ ਅੰਦਰ ਦਾ ਫਲੋਰ ਦਾ ਲੈਵਲ ਕਿਡਿਆ ਉਹ ਤਕਰੀਬਨ 4 ਇੰਚ ਥੱਲੇ ਹੈਗਾ ਹੋਂ ਦੇ ਫਲੋਰ ਤੋਂ ਜਿੱਥੇ ਉਹ ਤੇ ਸੀਮੈਂਟ ਕੀਤੀ ਹੋਈ ਹੈ ਤੇ ਫਰਸ਼ ਕੀਤਾ ਹੋਇਆ ਸਾਡਾ ਨੈਕਸਟ ਸਟੈਪ ਹੈਗਾ ਕਿ ਅਸੀਂ ਕਰਨਾ ਹੈ ਇਸ ਪੂਰੇ ਗੁਰਦੁਆਰੇ ਦੀ ਸਕੈਫੋਲਡਿੰਗ ਚਾਰੋਂ ਤਰਫ ਬਿਲਡਿੰਗ ਨੂੰ ਟੱਚ ਕੀਤੇ ਬਿਨਾਂ ਉਹ ਇੰਡੀਵਿਜੂਅਲ ਖਲੋਤੀ ਹੋਏਗੀ ਉਹ ਇੱਕ ਵੱਡਾ ਆਪਣੇ ਆਪ ਚ ਇੱਕ ਖੁਦ ਇੱਕ ਟਾਸਕ ਹੈਗਾ ਸਕੈਫੋਲਡਿੰਗ ਕੀ ਹੁੰਦੀ ਹੈ ਸਰਦ ਥੋੜੀ ਜਿਹੀ ਨਹੀਂ ਸਾਨੂੰ ਜਰਾ ਥੋੜਾ ਸਕੈਫੋਲਡਿੰਗ ਸਕੈਫੋਲਡਿੰਗ ਇੱਕ ਜਿਹੜਾ ਨਾ ਆਰਜ਼ੀ ਸਟਰਕਚਰ ਹੈਗਾ ਆ ਪਾਈਪਾਂ ਦੇ ਨਾਲ ਤੇ ਉਹਦੇ ਜੋਇੰਟ ਹੁੰਦੇ ਨੇ ਜਿੰਨਾ ਜੋੜੀਦਾ ਤੇ ਮਾਈਕ ਤੇ ਮਾਈਕ ਹਾਂਜੀ ਤੇ ਇਹਦੇ ਉੱਤੇ ਫਟੇ ਰੱਖੀਦੇ ਨੇ ਤੇ ਡਿਫਰੈਂਟ ਲੈਵਲ ਉੱਤੇ ਬੰਦਾ ਜਾ ਕੇ ਉਹਦੀ ਸਫਾਈ ਕਰ ਸਕਦਾ ਹੈ ਆਰਾਮ ਨਾਲ ਉਹਦੀ ਡਿਟੇਲ ਨੂੰ ਟ੍ਰੇਸ ਕਰ ਸਕਦਾ ਹੈ ਉਹਦਾ ਸਕੈਚ ਕਰ ਸਕਦਾ ਹੈ ਉਹਦੀ ਪਿਮਾਇਸ਼ ਕਰ ਸਕਦਾ ਹੈ ਮਤਲਬ ਚਾਰ ਪੰਜ ਇਹੋ ਜਿਹੇ ਕੰਮ ਮੇਗੇ ਨੇ ਜਿਹੜੇ ਜ਼ਰੂਰੀ ਨੇ ਸਕੈਫੋਲਡਿੰਗ ਦੇ ਬਗੈਰ ਹੋ ਨਹੀਂ ਸਕਦੇ ਅਸੀਂ ਉਹ ਕਰਾਂਗੇ ਉਸ ਤੋਂ ਬਾਅਦ ਅਸੀਂ ਇਹਦਾ ਜਿਹੜਾ ਨਾ ਬਾਕੀ Yes. साहब जी प्लीज प्लीजुम मेरा नाम रुबा फातिमा चिश्ती है और आई एम द प्रोजेक्ट बेसिकली आई एम हेडिंग द प्रोजेक्ट फ्रॉम द हॉर अब इसमें आई डिड माई बैचलर्स थीज ऑन दिस गुरुद्वारा और उसमें हम उसमें मैंने काफ़ी डिटेल में डॉक्यूमेंटेशन ऑफ गुरुद्वारा कर लिया था दैन आई गॉड दिस प्रोजेक्ट के जी इसके रेस्टोरेशन करनी है फ्राम रंजीत ने कहा तो वी स्टार्टड विध बेसिक सफ़ाई जिस तरह फैजी ने कहा था क्योंकि जब तक हम इन्वेस्टिगेट invest, नहीं कर रहे हैं कि क्या मसायल हैं बिल्डिंग के साथ उनको हम सही नहीं कर सकते सेकेंडली फिर जिस तरह ऊस्मान ने बताया वी स्टार्ट टू डिग द पेरीफ्रीज ऑफ़ द बिल्डिंग ताकि उसके चारों चुफेरे हमें समझ आए कि इतनी मट्टी जमी कहाँ से हुई है और जो जो मसाइल हुए हुए हैं जिस तरह गुरुद्वारे में पानी का मसला है और बाकी सारी चीज़ें हैं वो किस वजह से हैं उससे हमें प्लेंथ लेवल मिल गया विच इज़ अ वेरी गुड थिंग उससे हमें एक बेस लेवल मिल गया ऑफ द बिल्डिंग उससे हमें पीछे पूरा ड्रेनेज सिस्टम उसका मिल गया कि क्या किस तरीके से पानी ड्रेन होता था बिल्डिंग को आ, नुकसान दिए बग़ैर उसके बाद जो चौथा स्टेप है वो रेस्टोरेशन का है और उसमें हम लोगों ने यह करना है कि हमने सारी डिटेल्स इसकी रिकन्स्ट्रक्ट करनी और उसका मतलब ये नहीं है कि हमने उनको प्लस्तर uh, करके नया कर देना है हमने इसको ब्यूटिफाई करना है गुरुद्वारे को उस तरह से जिस तरह से ये कोई सौ साल पहले था उस एसेंस के साथ हमने इसको आगे लेके जाना है हम लोग कुछ भी आर्टिफिशियल मटेरियल्स नहीं यूज़ कर रहे ऑन गुरुद्वारा हम लोग मोस्ट uh, प्रॉबली अभी डिसीजन चल रहे हैं कि हमने कौन से मटेरियल्स यूज़ करने हैं लाइम प्लास्टर या जो भी यूज़ करना है वो सब है हमने प्रॉपर एक टीम हमारी है जो रिस्टोर करती है वो फ्रेस्को करती है वो रोफीटीज और स्टूको जो जो भी हमें चाहिए इन रेस्टोरेशन वी हैव अ टीम फॉर दैट दे विल बी ऑन साइट इन शह नेक्स्ट मंथ और फिर उसके बाद मेरा ख्याल है अगली वीडियो में बाकी और डिटेल्स डिस्कस करेंगे लाइक इट इज़ गोइंग टू बी ਬਿਲਕੁਲ ਬਹੁਤ ਸ਼ੁਕਰੀਆ ਰੁਬਾਤ ਚਿਛਤੀ ਤੁਸੀਂ ਦੱਸਿਆ ਕਿ ਵੀ ਕਿਸ ਤਰੀਕੇ ਨਾਲ ਕੰਮ ਅੱਗੇ ਵਧ ਰਿਹਾ ਹੁਣ ਸੈਕੰਡ ਫੇਸ ਦੇ ਵਿੱਚ ਕੀ ਕਰਨਾ ਫਿਰ ਤੋਂ ਇੱਕ ਵਾਰੀ ਤੁਹਾਨੂੰ ਮੈਂ ਰਿਪੀਟ ਕਰਦਾ ਚੱਲਾਂ ਕਿ ਰੰਜੀਤ ਨਗਾਰਾ ਯੂਐਸਏ ਦੀ ਜਿਹੜੀ ਨਾਨ-ਪ੍ਰੋਫਿਟ ਆਰਗੇਨਾਈਜੇਸ਼ਨ ਹੈ ਉਹਨਾਂ ਵੱਲੋਂ ਇਹਦੀ ਕਾਰ ਸੇਵਾ ਕੀਤੀ ਜਾ ਰਹੀ ਹੈ ਔਰ ਕਾਰ ਸੇਵਾ ਦੇ ਵਿੱਚ ਫੇਸ 1 ਦੇ ਅੰਦਰ ਅਸੀਂ ਕੀ ਕਰਨ ਜਾ ਰਹੇ ਹਾਂ ਕਿ ਇਹਦੇ ਤਿੰਨ ਫਲੋਰ ਨੇ ਉੱਤੇ ਟੌਪ ਵਾਲਾ ਗੁੰਬਦ ਹੈ ਨਿਸ਼ਾਨ ਸਾਹਿਬ ਹੈ ਔਰ ਨਾਲ ਦੀ ਨਾਲ ਹੀ ਸਰੋਵਰ ਸਾਹਿਬ ਦੀ ਸੇਵਾ ਜਿਹੜੀ ਹੈ ਪਾਰਟ 1 ਦੇ ਵਿੱਚ ਹੋਵੇਗੀ ਔਰ ਉਸ ਤੋਂ ਬਾਅਦ ਆਹਸਤਾ ਆਹਸਤਾ ਅਸੀਂ ਪਾਰਟ 2 ਔਰ ਪ ਠੀਕ ਹੈ ਜੀ ਉਹ ਐਕਸਟੈਂਸ਼ਨ ਹੋ ਸਕਦੀ ਹੈ ਹੋਰ ਜਗ੍ਹਾ ਦੀ ਸਫਾਈ ਹੋ ਕੇ ਐਦੀ ਬਾਉਂਡਰੀ ਵਾਲ ਹੋ ਸਕਦੀ ਹੈ ਇਸ ਤਰ੍ਹਾਂ ਦੀਆਂ ਚੀਜ਼ਾਂ ਜਿਹੜੀਆਂ ਨੇ ਉਹ ਪਾਰਟ 2 ਔਰ ਪਾਰਟ 3 ਦੇ ਵਿੱਚ ਅਸੀਂ ਜਾ ਕੇ ਕਰਾਂਗੇ ਉਮੀਦ ਕਰਦੇ ਹਾਂ ਕਿ ਤੁਹਾਨੂੰ ਟੈਕਨੀਕਲ ਲੈਂਗੁਏਜ ਜਿਹੜੇ ਲੋਗ ਆਰਕੀਆਲੋਜੀ ਪੜੇ ਹੋਏ ਨੇ ਜਾਂ ਜਿਨ੍ਹਾਂ ਨੇ ਪ੍ਰਿਜ਼ਰਵੇਜੇਸ਼ਨਸ ਦੇ ਮਤਲਕ ਪੜਿਆ ਹੋਇਆ ਉਹਨਾਂ ਨੂੰ ਸਾਰੀ ਗੱਲ ਸਮਝ ਆ ਜਾਏਗੀ ਮੈਂ ਸਿੰਪਲੀ ਇਹਨੂੰ ਸਮਪ ਕਰਨਾ ਮੈਂ ਇੱਕ ਚੀਜ਼ ਐਡ ਕਰਨੀ ਹੈ ਜੀ ਪਲੀਜ਼ अबाउट द क्लाइंट जिनके साथ हम लोग काम कर रहे हैं वन ऑफ़ द एज जो हमारे पास है इस प्रोजेक्ट में जो यूजली okay. नहीं होती है वो है अंडरस्टैंडिंग ऑफ द क्लाइंट वो हर एक चीज़ अंडरस्टैंड कर रहे हैं अगर हम उन्हें कह रहे हैं ना कि हमें दो महीने लगेंगे टू तो कंस्ट्रक्ट और टू रिकन्स्ट्रकट द पर्टिकुलर पार्ट ऑफ द बिल्डिंग तो वो उस पूरी चीज़ को अंडरस्टैंड कर रहे हैं और हमें काफ़ी टाइम दे रहे हैं लोग ठीक है वो हमें काफ़ी टाइम दे रहे हैं उस सारी चीज़ को तो अंडरस्टैंडिंग ऑफ द प्रोजेक्ट जो हमारे क्लाइंट की तरफ से और जो ता, हमें टाइम मिल रहा है ना दैट इज़ द मतलब बेस्ट थिंग वी आर गेटिंग मतलब उसकी वजह से हम लोग उसको प्रिजर्व कर सकेंगे द वे इट शुड बी, द वे एक्चुअली एवरी बिल्डिंग शुड प्रिजर्व ਜੀ ਬਿਲਕੁਲ ਹੋ ਸਕਦਾ ਕੁਝ ਲੋਕ ਜਿਹੜੇ ਨੇ ਪੰਜਾਬ ਉਰਦੂ ਔਰ ਇੰਗਲਿਸ਼ ਤੋਂ ਆਮ ਤੌਰ ਮੈਨੂੰ ਇਹੀ ਗੱਲ ਹੁੰਦੀ ਆ ਕਿ ਜਰਾ ਤੁਸੀਂ ਸਿੰਪਲ ਲੈਂਗੁਏਜ ਦੱਸੋ ਉਹ ਦੱਸ ਰਹੇ ਨੇ ਕਿ ਸਾਨੂੰ ਰਣਜੀਤ ਨਗਾਰਾ ਵੱਲੋਂ ਪੂਰੀ ਟਾਈਮ سپورਟ ਹੈ ਜਿਹੜੀ ਟਾਈਮ سپورਟ ਆ ਸਭ ਤੋਂ ਪਹਿਲੇ ਉਹ ਬਹੁਤ ਜ਼ਿਆਦਾ ਜ਼ਰੂਰੀ ਹੈ ਕਿਉਂਕਿ ਕੋਈ ਵੀ ਕਾਰ ਸੇਵਾ ਜਿਹੜੀ ਆ ਜਦੋਂ ਤੁਸੀਂ ਉਹਨੂੰ origignal ਆਪਣੀ ਅਸਲ ਦਿੱਕਤ ਵਿੱਚ ਦਿਖਾਉਣਾ ਚਾਹੁੰਦੇ ਹੋ ਤੇ ਉਹਦੇ ਵਾਸਤੇ ਤੁਹਾਨੂੰ ਟਾਈਮ ਜ਼ਿਆਦਾ ਲੱਗਦਾ ਕਿਉਂਕਿ ਪਲਾਸਟਰ ਦਾ ਕੰਮ ਜਿਹੜਾ ਹੁੰਦਾ ਉਹ ਛੇਤੀ ਸੁੱਕ ਜਾਂਦਾ ਉਹ ਛੇਤੀ ਫਟ ਵੀ ਜਾਂਦਾ لیکن ਜਿਸ ਨਾਲ ਕਿ ਇਹਨਾਂ ਲਾਈਮ ਲਾਈਨ ਦਾ ਗੱਲ ਕੀਤੀ ਹੈ ਯਾਨੀ ਕਿ ਕੱਚ ਚੂਨਾ ਗੇਰੀ ਠੀਕ ਹੈ ਜੀ ਜਾਂ ਸੁਰਖੇ ਦਾ ਕੰਮ ਜਿਹੜਾ ਉਹ ਥੋੜਾ ਜਨਾ ਸਲੋ ਵੀ ਹੁੰਦਾ ਔਰ ਟਾਈਮ ਦੇ ਨਾਲ ਪੱਕਾ ਹੁੰਦਾ ਕਿਉਂਕਿ ਉਹਦੀ ਲਿਮਟ ਸੀ ਤਕਰੀਬਨ 50 60 ਸਾਲ ਤੋਂ ਬਾਅਦ ਨਜ਼ਰ ਆਣਾ ਸ਼ੁਰੂ ਹੁੰਦੀ ਜਿਹੜੀ ਅਸਲ ਉਹਦੀ ਲੋਕ ਹੁੰਦੀ ਹੈ ਅਗਰ ਦੇਖਿਆ ਜਾਵੇ ਤੇ ਠੀਕ ਹੈ ਜੀ ਤੇ ਇਸ ਤੋਂ ਬਾਅਦ ਮੈਂ ਫੇਰ ਇੱਕ ਵਾਰੀ ਤੁਹਾਨੂੰ ਰਿਕਵੈਸਟ ਕਰਾਂਗਾ ਸਾਰਿਆਂ ਨੂੰ ਕਿ ਪਲੀਜ਼ ਸਪੋਰਟ ਕਰੋ ਰঞ্জੀਤ ਨਿਗਾਰਾ ਨੂੰ ਜਿੱਥੇ ਤੱਕ ਹੋ ਸਕਦਾ ਨਾਨ-ਪ੍ਰੋਫਿਟ ਆਰਗੇਨਾਈਜੇਸ਼ਨ ਐ ਨਾਨ-ਪ੍ਰੋਫਿਟ ਆਰਗੇਨਾਈਜੇਸ਼ਨਸ ਹਮੇਸ਼ਾ ਜੁੜੀਆਂ ਨੇ ਉਹ ਪਬਲਿਕ ਔਰ ਸਾਥ ਸੰਗਤ ਯਾਨੀ ਕਿ ਸਾਰੇ ਮਿਲ ਕੇ ਹੀ ਉਹਨੂੰ ਚਲਾਉਂਦੇ ਨੇ ਤੇ ਫੇਰ ਅੱਗੇ ਚੱਲਦੇ ਨੇ ਅਗਰ ਇਹ ਰਿਸਟੋਰੇਸ਼ਨ ਚੰਗੀ ਹੋਏਗੀ ਅਗਰ ਇਹਦੀ ਘਰ ਸੇਵਾ ਚੰਗੀ ਹੋਏਗੀ ਤਾਂ ਤੁਸੀਂ ਅੱਗੇ ਵਧੋਗੇ ਔਰ ਅੱਗੇ ਦੇਖੋਗੇ ਕਿ ਅਸੀਂ ਕੀ ਕੀ ਕਰਨਾ ਚਾਹਨੇ ਆਂ ਹੋਰ ਤਾਂ ਪੂਰੀ ਟੀਮ ਦੇ ਵਿੱਚ ਫੇਰ ਇੱਕ ਵਾਰੀ ਮੈਂ ਐਂਡ ਦੇ ਉੱਤੇ ਤੁਹਾਨੂੰ ਦੱਸਦਾ ਚੱਲਾਂ ਕਿ ਸਾਡੇ ਜਿਹੜੇ ਹੈੱਡ ਨੇ ਸਤਪ੍ਰੀਤ ਸਿੰਘ ਜੀ USA ਮੰਟਿਕਾ ਕੈਲੀਫੋਰਨੀਆ ਤੋਂ ਔਰ ਨਾਲ ਦੀ ਨਾਲ ਹੀ ਸਾਡੇ ਅਮਰੀਕ ਸਿੰਘ ਪਾਲਾ ਜੀ ਜਿਹੜੇ ਨੇ ਔਰ ਰੀਸਟੋਰੇਸ਼ਨ ਦੇ ਜਿਹੜੇ ਤੁਸੀਂ ਕਹਿ ਲਵੋ ਕਿ ਮਾਸਟਰਮਾਈਂਡ ਜਿਹੜੇ ਨੇ ਪਿੱਛੇ ਉਹ ਨੇ ਜਿਨ੍ਹਾਂ ਨੇ 44 ਕਾਸਲਸ ਜਿਹੜੇ ਨੇ ਉਹ ਰੀਸਟੋਰ ਕੀਤੇ ਨੇ UAE ਦੇ ਔਰ ਤੀਸਰੇ ਨੰਬਰ ਤੇ ਮੈਂ ਖੁਦ ਹਾਂ ਜਿਹੜਾ ਕਿ ਤੁਹਾਡੇ ਸਾਹਮਣੇ ਆ ਮੀਡੀਆ ਐਡਵਾਈਜ਼ਿੰਗ ਟੀਮ ਦੇ ਵਿੱਚ ਔਰ ਫੋਰਥ ਸਾਡੀ ਜਿਹੜੀ ਹੈ ਜਿਹੜੀ ਤੁਹਾਨੂੰ ਦੱਸਿਆ ਸੀ ਕਿ ਕਾਰ ਸੇਵਾ ਦੇ ਜਿਹੜੀ ਸਾਡੀ ਲੇਬਰ ਹੈ ਉਹਨਾਂ ਦਾ ਨਾਮ ਹੈ ਹਾਂਜੀ ਜੀ ਗੁਰਪਿਆਰੀ ਸੰਗਤ ਜੀ ਹੁਣ ਸਾਡੇ ਨਾਲ ਜਿਹੜੀ ਸੇਵਾ ਨਿਭਾਰੇ ਨੇ ਕਾਰ ਸੇਵਾ ਦੇ ਵਿੱਚ ਉਹ ਬੜੀ ਮਜ਼ੇਦਾਰੀ ਦੀ ਗੱਲ ਹੈ ਜਿੱਦਾਂ ਕਿ ਮੈਂ ਪ੍ਰੋਗਰਾਮ ਦੇ ਸ਼ੁਰੂ ਦੇ ਵਿੱਚ ਤੁਹਾਨੂੰ ਦੱਸਿਆ ਸੀਗਾ ਕਿ ਸਾਡੇ ਨਾਲ ਜਿਸ ਤਰ੍ਹਾਂ ਕਿ ਥਰੂਆਊਟ ਬਾਬਾ ਗੁਰਨਾਨਕ ਸਾਹਿਬ ਦਾ ਮੈਸੇਜ ਹੈ 휴ਮੈਨਿਟੀ ਦਾ ਇਕੁਐਲਿਟੀ ਦਾ ਔਰ ਤਮਾਮ ਕੀ ਕਹਿੰਦੇ ਨੇ ਮਾਨਸ ਕੀ ਜਾਤ ਇਕ ਤੇ ਸਾਰੇ ਇਨਸਾਨ ਜਿਹੜੇ ਨੇ ਉਹ ਇੱਕ ਹੀ ਨੇ ਏਕ ਨੂਰ ਤੇ ਸਭ ਕੁਝ ਸਭ ਜਗ ਉਪਜੇ ਕੋਣ ਭਲੇ ਕੋ ਮੰਦੇ ਮੈਂ ਤੁਹਾਡਾ ਵੀਰ ਸ਼ਾਹਿਦ ਜਬੀਰ ਤੁਹਾਨੂੰ ਪਤਾ ਮੈਂ ਮੁ슬ਮਨ ਮੇਰੇ ਨਾਲ ਇਸ ਵੇਲੇ ਸੰਗਤਾਂ ਜਿਹੜੀਆਂ ਖਲੋਤੀਆਂ ਹੋਈਆਂ ਨੇ ਮੁ슬ਮਨ ਵੀਰ ਵੀ ਨੇ ਔਰ ਪਾਕਿਸਤਾਨ ਦੀ Hindu ਸੰਗਤ ਵੀ ਹੈ ਜਿਹੜੀ ਕਿ ਪਹਿਲੇ ਵੀ ਗੁਰਦੁਆਰਾ ਸਾਹਿਬ ਦੀ ਜਿਹੜੀ ਸੇਵਾ ਨੇ ਉਹ ਨਿਭਾ ਰਹੇ ਨੇ ਔਰ ਕਾਰ ਸੇਵਾ ਜਿਹੜੀ ਹੈ ਉਹ ਕਰ ਰਹੇ ਨੇ ਯਾਨੀ ਕਿ ਸਾਊਥ ਪੰਜਾਬ ਤੋਂ ਬਿਲੋਂਗ ਕਰਦੇ ਨੇ ਤੇ ਅਸੀਂ ਤੁਹਾਨੂੰ ਨਾਲ ਦੀ ਨਾਲ ਥੋੜਾ ਜਨਾ ਇੰਟਰੋ ਵੀ ਕਰਵਾਉਂਦੇ ਚੱਲਨੇ ਆ ਜੀ ਵੀਰ ਜੀ ਕੀ ਨਾਮ ਹੈ ਆਪਣਾ ਮੇਰਾ ਨਾਮ ਨੰਦ ਲਾਲ ਸਾਗਰ ਨੰਦ ਲਾਲ ਸਾਗਰ ਕਿੱਥੋਂ ਹੋ ਤੁਸੀਂ ਜ਼ਿਲ੍ਹਾ ਰਾਇਮਿਆਰ ਖਾਨ ਤਹਿਸੀਲ ਖਾਨਪੁਰ ਆਖਰੀ ਆਖਰੀ ਡਿਸਟ੍ਰਿਕਟ ਹਾਂਜੀ ਲੋ ਆਖਰੀ ਡਿਸਟ੍ਰਿਕਟ ਪੰਜਾਬ ਦਾ ਆਖਰੀ ਕੋਰਨਰ ਹੈ ਜੀ ਜਿੱਥੋਂ ਇਹ ਬਿਲੋਂਗ ਕਰਦੇ ਨੇ ਗੁੱਟ ਕਿੰਨੀ ਦੇਰ ਤੋਂ ਸੇਵਾ ਕਰ ਰਹੇ ਹੋ ਅਸੀਂ 7 ਸਾਲ 8 ਸਾਲ ਤੋਂ ਕਰ ਰਹੇ ਹਾਂ ਜੀ 7 ਸਾਲ 8 ਸਾਲ ਤੋਂ ਮਮਦ ਉਸਮਾਨ ਵਾਹ ਜੀ ਵਾਹ ਇਹ ਮੁਸਲਮਾਨ ਵੀਰ ਨੇ ਜੀ ਕਿੰਨੀ ਦੇਰ ਤੋਂ ਤੁਸੀਂ ਸੇਵਾ ਨਿਭਾ ਰਹੇ ਹੋ ਨਾਲ ਤਕਰੀਬਨ ਹੁਣੇ ਹੀ ਆਏ ਹਾਂ ਤੁਸੀਂ ਨਵੇਂ ਆਏ ਹੋ ਇੱਥੇ ਠੀਕ ਹੋ ਗਿਆ ਗੁੱਟ ਨਾਨੇਕਰਮ ਜ਼ਿਲ੍ਹਾ ਰਹੀਮਯਾਰ ਖਾਨ ਤਹਿਸੀਲ ਖਾਨਪੁਰ ਮੈਂ ਪਹਿਲੀ ਵਾਰੀ ਆਇਆ ਹਾਂ ਇੱਥੇ ਗੁਰ ਨਾਨਕ ਨਾਮ ਦੱਸੋ ਦੁਬਾਰਾ ਨਾਨਕ RAM ਕੀ ਬਾਤ ਆ ਜੀ ਨਾਮ ਦੇਖੋ ਜੀ ਨਾਨਕ ਔਰ RAM ਦੋਨੋਂ ਇਕੱਠੇ ਇੱਕ ਜਗ੍ਹਾ ਦਿੱਤੇ ਔਰ ਦਰ ਦੇਖ ਲਓ ਤੁਸੀਂ ਪਹਿਲੀ ਪਾਤਸ਼ਾਹੀ ਬਾਬਾ ਗੁਰ ਨਾਨਕ ਸਾਹਿਬ ਦਾ ਮਿਸ਼ਨ ਤਾਂ ਪੂਰਾ ਹੋ ਗਿਆ ਤੇ ਪਹਿਲੀ ਵਾਰ ਤੁਸੀਂ ਸੇਵਾ ਕਰ ਰਹੇ ਹੋ ਗੁਰਡ ਜੀ ਚਲੋ ਤੁਹਾਡੀ ਸੇਵਾ ਵੀ ਸਫਲ ਹੋਵੇ ਜੀ ਆਓ ਜੀ ਮੇਰਾ ਨਾਮ ਮੁਹੰਮਦ ਰਮਜ਼ਾਨਾ ਜੀ ਜ਼ਿਲ੍ਹਾ ਬਹਾਵਲ ਨਗਰ ਸੇ ਮੈਂ ਆਇਆ ਹਾਂ ਜੋ ਕਿ ਬਾਬਾ ਸਾਹਿਬ ਦੀ ਸੇਵਾ ਮੈਂ ਆਪਣਾ ਵਕਤ گزار ਰਿਹਾ ਹਾਂ ਬਹੁਤ ਵਧੀਆ ਜੀ ਇਹ ਮੁਸਲਮਾਨ ਵੀਰ ਜਿਹੜੇ ਨੇ ਦੇਖੋ ਇਹਨਾਂ ਦੇ ਅੰਦਰ ਵੀ ਕਿੰਨਾ ਜਜ਼ਬਾ ਕਿ ਉਹਨਾਂ ਨੇ ਕਿਹਾ ਜੀ ਕਾਰ ਸੇਵਾ ਕਰਕੇ ਆਪਣਾ ਮਨ ਸੇਵਾ ਨਿਭਾ ਰਿਹਾ ਮੈਂ ਮੇਰਾ ਨਾਮ ਜੀ ਰਮੇਸ਼ ਕੁਮਾਰ ਹੈ ਮੈਂ ਵੀ ਜ਼ਿਲ੍ਹਾ ਰੈਮਯਾਰ ਖਾਨ ਤਹਿਸੀਲ ਖਾਨਪੁਰ ਕਟੋਰਾ ਉੱਥੋਂ ਆਇਆ ਜੀ ਪਹਿਲਾਂ ਜੀ ਮੈਂ ਕਾਰ ਸੇਵਾ ਤਰਨਤਾਰ baba jagdar singh ਨਾਲ ਲੱਗ ਰਿਹਾ ਵੱਡੇ ਗੁਰਦੁਆਰਾ ਜਨਮਸਥਾਨ ਉਸ ਤੋਂ ਬਾਅਦ ਫਿਰ ਕਾਰ ਸੇਵਾ ਗੁਰੂ ਕਬਾਗ ਵਾਲੇ ਜੋ ਕਿ baba lakha singh ਗੁਰੂ ਕਾ ਬਾਗ ਵਾਲਾ ਉਹਨਾਂ ਨੇ ਗੁਰਦੁਆਰਾ ਤਿਆਰ ਕੀਤਾ ਬਾਲਾ ਸਾਹਿਬ ਉਹਨਾਂ ਦੇ ਨਾਲ ਫਿਰ ਉਹੀ ਸੇਵਾ ਜਿਹੜੀ ਹੈ ਲੱਗੀ ਐ ਤੰਬੂ ਸਾਹਿਬ ਗੁਰਦੁਆਰੇ ਉਹਨਾਂ ਨਾਲ ਕੰਮ ਕਰਦੇ ਰਿਆਂ ਤੇ ਹੁਣ ਬਾਬਾ ਜੀ ਆਣ ਇੱਥੇ ਲੈ ਆਣੇ ਸੇਵਾ ਵਾਸਤੇ ਔਰ ਇੱਥੇ ਵੀ ਸੇਵਾ ਕਰਨ ਦੇ ਆ ਔਰ ਸੇਵਾ ਤਾਂ ਮਨ ਨਾਲ ਕਰਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਵਧੀਆ ਲੱਗਾ ਜੀ ਬਹੁਤ ਸੋਹਣੇ ਵਿਚਾਰ ਸੀ ਇਹਨਾਂ ਦੇ ਮੇਰਾ ਨਾਮ ਪਿਆਰਾ ਰਾਮ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ जी मैं जिला रह, जिला रहीम खान तहसील खानपुर से आया हूँ तकरीबन मुझे दो ढाई साल हो गए तम्बू साहब गुरुद्वारे काम करते हुए और उसके वजह अब हम यहाँ है जेलम गुरु और आगे भी सेवा करते रहेंगे वेरी गुड जी थैंक यू जी तो नाम की है जी मेरा नाम मोहम्मद साजिद तुसी कितनी देर तो कर रहे हो असि ए साल का पहली बार तुसी जी पहली बार ठीक है जी ते वीर जी जिस तरह तुसी कहा कि तन मन धन नाल जड़ा तुसी सेवा ਜਿਹੜੀ ਐ ਉਹ ਨਿਭਾਓਗੇ ਤੇ ਕੋਈ ਜਗਤ ਸੰਗਤ ਵਾਸਤੇ ਕੋਈ ਮੈਸੇਜ ਦੇਣਾ ਚਾਹੋ ਕੁਝ ਲੋਕ ਕਹਿੰਦੇ ਨੇ ਕਿ ਵੀ ਪਾਕਿਸਤਾਨ ਵਿੱਚ ਇੱਕ ਫਰਕ ਕੀਤਾ ਜਾਂਦਾ ਹੈ ਸੰਗਤਾਂ ਜਿਹੜੀਆਂ ਨਾਲ ਕੇ ਨਹੀਂ ਕਰਦੀਆਂ ਕੀ ਕੋਈ ਇਦਾਂ ਦੀ ਗੱਲ ਹੈਗੀ ਨਹੀਂ ਜੀ ਇਦਾਂ ਦੀ ਕੋਈ ਗੱਲ ਨਹੀਂ ਅਸੀਂ ਸੇਵਾ ਤਨਮਾਨਨ ਕਰਨਾ ਔਰ ਸੰਗਤ ਨਾਲ ਇਹ ਗੁਜ਼ਾਰਿਸ਼ ਹੈ ਜਿੱਥੇ ਵੀ ਗੁਰਦੁਆਰੇ ਜਾਣ ਤੇ ਸਾਡੇ ਲਈ ਅਰਦਾਸ ਲਾਜ਼ਮੀ ਕਰਨ ਠੀਕ ਹੈ ਜੀ ਤੇ ਅਸੀਂ ਸੇਵਾ ਕਰਦੇ ਰਵਾਂਗੇ ਜਿੰਨੇ ਤੱਕ ਜ਼ਿੰਦਗੀ ਹੈ ਔਰ ਤਨਮਨ ਨਾਲ ਸੇਵਾ ਕਰਾਂਗੇ ਜੀ ਤੇ ਤਕਰੀਬਨ ਮੈਨੂੰ 12ਵਾਂ ਸਾਲ ਜਾ ਰਿਹਾ ਸੇਵਾ ਵਿੱਚ ਔਰ ਇਨਸ਼ਾਅੱਲਾ ਅੱਗੇ ਵੀ ਜਿਹੜਾ ਨਾ ਮੈਂ ਕਰਾਂਗਾ ਸੇਵਾ ਜਿੰਨੇ ਤੱਕ ਹੈ ਲਿਖਿਆ ਦਾਣਾ ਪਾਣੀ ਤੇ ਬਹੁਤ ਸ਼ੁਕਰੀਆ ਜੀ ਆ ਦੇਖੋ ਤੁਸੀਂ ਇਹ ਉਹ ਟੀਮ ਸੀ ਜਿਨ੍ਹਾਂ ਨੇ ਮਤਲਬ ਕਿ ਦੇਖੋ ਕੋਈ ਇੱਕ ਹੁੰਦਾ ਕੰਮ ਹੁੰਦਾ ਆਰਕੀਟੈਕਟ ਹੈ ਦੂਸਰੇ ਸਿਵਲ ਇੰਜੀਨੀਅਰ ਹੁੰਦੇ ਨੇ ਫਿਰ ਠੇਕੇਦਾਰ ਹੁੰਦੇ ਨੇ ਫਿਰ ਮੈਸਨਸ ਹੁੰਦੇ ਨੇ ਤੇ ਉਹਨਾਂ ਦੇ ਨਾਲ ਜਿਹੜੀ ਹੈਲਪਿੰਗ ਟੀਮ ਹੁੰਦੀ ਹੈ ਅਸਲ ਤੇ ਕੰਮ ਉਹਨਾਂ ਦਾ ਹੁੰਦਾ ਹੈ ਮਟੀਰੀਅਲ ਨੂੰ ਤਿਆਰ ਕਰਨਾ ਮਟੀਰੀਅਲ ਨੂੰ ਉੱਥੇ ਤੱਕ ਪਹੁੰਚਾਉਣਾ ਉੱਤੇ ਜਾ ਕੇ ਫਿਰ ਜਾ ਕੇ ਉਹਦੀ ਸੇਵਾ ਸ਼ੁਰੂ ਹੁੰਦੀ ਹੈ ਤੇ ਉਹਦੇ ਨਾਲ ਅਸੀਂ ਤੁਹਾਨੂੰ ਮਤਲਬ ਕਿ ਗਰਾਊਂਡ ਲੈਵਲ ਤੋਂ ਜੋ ਲੋਕ ਨਾਲ ਕੰਮ ਕਰ ਰਹੇ ਨੇ ਅਸੀਂ ਉਹਨਾਂ ਨਾਲ ਵੀ ਜੋੜਿਆ ਤੇ ਇਹ ਪ੍ਰੋਗਰਾਮ ਤੁਸੀਂ ਦੇਖ ਰਹੇ ਸੀ ਰਣਜੀਤ ਨਗਾਰਾ ਦੀ ਤਰਫੋਂ ਰਨਜੀਤ ਨਿਗਾਰਾ ਯੂਐਸਏ ਜਿਹਨਾਂ ਨਾਨ-ਪ੍ਰੋਫਿਟ ਆਰਗੇਨਾਈਜੇਸ਼ਨ ਹੈ ਕੈਲੀਫੋਰਨੀਆ ਮਾਂਟਿਕਾ ਸਿਟੀ ਤੋਂ ਔਰ ਉਹਨਾਂ ਕੋਲ ਕਾਰ ਸੇਵਾ ਜਿਹੜੀ ਹੈ ਪਿੱਛੇ ਤੁਹਾਨੂੰ ਜਿਹੜੀ ਬਿਲਡਿੰਗ ਨਜ਼ਰ ਆ ਰਹੀ ਗੁਰਦੁਆਰਾ ਸਾਹਿਬ ਦੀ ਗੁਰਦੁਆਰਾ ਸ੍ਰੀ ਪਹਿਲੀ ਪਾਤਸ਼ਾਹੀ ਚਵਾ ਬਾਬਾ ਗੁਰੂ ਨਾਨਕ ਸਾਹਿਬ ਔਰ ਰੋਤਸ ਫੁੱਟ ਦੇ ਜਿਹੜੇ ਕੈਲ ਤੁਸੀਂ ਕਿ ਨਾਰਥਨ ਸਾਈਡ ਦੇ ਉੱਤੇ ਹੈ ਔਰ ਬਾਬਾ ਗੁਰੂ ਨਾਨਕ ਸਾਹਿਬ ਇੱਥੇ ਆ ਕੇ ਬੈਠੇ ਜਦੋਂ ਜੋਗੀਆਂ ਦੇ ਨਾਲ ਗੱਲਬਾਤ ਕਰਕੇ ਆਏ ਸਨ ਥੱਲੇ ਉੱtre ਤੇ ਇਸ ਜਗ੍ਹਾ ਤੇ ਆ ਕੇ ਬੈਠੇ ਔਰ ਸੰਗਤਾਂ ਨੇ ਇਕਿ ਰਿਕਵੈਸਟ ਕੀਤੀ ਸੀ ਉਹਨਾਂ ਕੋਲੋਂ ਅਰਜ਼ ਲੈ ਕੇ ਆਏ ਸਨ ਕਿ ਵੀ ਇੱਥੇ ਕਿਲੇ ਦੇ ਵਿੱਚ ਪਿੰਡ ਦੇ ਪਾਣੀ ਦਾ ਬਹੁਤ ਕਾਲ ਹੈ ਤੇ ਬਾਬਾ ਜੀ ਇੱਥੇ ਬੈਠੇ ਹੋਰ ਬਾਬਾ ਜੀ ਦੀ ਕਰਾਮਾਤ ਦੇ ਨਾਲ ਪਾਣੀ ਦਾ ਚਸ਼ਮਾ ਜਾਰੀ ਹੋਇਆ ਜਿਹੜਾ ਕਿ ਅੱਜ ਤੱਕ ਜਾਰੀ ਹੈ ਜਿਸ ਨੂੰ ਕਿ ਅਮਰਤਕੁੰਡ ਕਿਹਾ ਜਾਂਦਾ ਹੈ ਇਹ ਜਿਹੜਾ ਸਰੋਵਰ ਹੈ ਉਸੇ ਅਮਰਤਕੁੰਡ ਦੇ ਉੱਤੇ ਬਣਿਆ ਹੋਇਆ ਹੈ ਇਹ ਵੀ ਸਾਡੀ ਰੀਸਟੋਰੇਸ਼ਨ ਜਿਹੜੀ ਹੈ ਉਹਦਾ ਇੱਕ 파ਰਟ ਹੈ ਤੇ ਤੁਸੀਂ ਸਾਰਿਆਂ ਕੋਲੋਂ ਸਾਨੂੰ ਰਿਕਵੈਸਟ ਹੈ ਕਿ ਦੁਆ ਕਰਿਓ ਅਰਦਾਸ ਕਰਿਓ ਕਿ ਵੀ ਇਹ ਕੰਮ ਜਿਹੜਾ ਖੈਰਗਿਦ ਦੇ ਨਾਲ ਪਾਏ ਤਕਮੀਰ ਤੱਕ ਪਹੁੰਚਾਇਆ ਜਾਏ ਔਰ ਸਾਡੀ ਜਿਹੜੀ ਟੀਮ ਹੈ ਰਣਜੀਤ ਨਗਾਰਾ ਦੀ ਉਹਨੂੰ ਤੁਸੀਂ ਸਪੋਰਟ ਕਰੋ ਪੇਜ ਨੂੰ ਤੁਸੀਂ ਸਬਸਕ੍ਰਾਈਬ ਕਰੋ ਲਾਈਕ ਕਰੋ ਤਾਂ ਕਿ ਕਾਰ ਸੇਵਾ ਦਾ ਕੰਮ ਜਿਹੜਾ ਹੈ ਉਹ ਜ਼ਿਆਦਾ ਦੇ ਜ਼ਿਆਦਾ ਲੋਕਾਂ ਤੱਕ ਮੈਸੇਜ ਪਹੁੰਚ ਸਕੇ ਰੱਬ ਰੱਖਿਆ ਜੀ